ਸੋ 11ਵੇਂ ਫਿਲਮ ਦੇ ਆਪਾਂ ਪ੍ਰੀਮੀਅਰ ਤੇ ਪਹੁੰਚੇ ਹੋਏ ਆ ਜੀ। ਸੋ ਅੱਜ ਕਹਿ ਲਓ ਕਿ ਫਿਲਮ ਦਾ ਪ੍ਰੀਮੀਅਰ ਦੇਖਣ ਪਹੁੰਚੇ ਹੋਏ ਨੇ ਕਨਵਰ ਗਰੇਵਾਲ ਸਾਹਿਬ ਮੇਰੇ ਨਾਲ ਬੈਠੇ ਨੇ ਜੀ। ਆਓ ਉਹਨਾਂ ਨਾਲ ਕੁਝ ਖਾਸ ਗੱਲਾਂ ਬਾਤਾਂ ਕਰਦੇ ਆ ਕਿ ਉਹਨਾਂ ਨੂੰ ਇਹ ਫਿਲਮ ਕਿੱਦਾਂ ਲੱਗੀ। ਭਾਜੀ ਸਤਿ ਸ਼੍ਰੀ ਅਕਾਲ। ਡਰਾਮਾ ਬੜਾ ਅੱਛਾ ਹੈ, ਬਾਕੀ ਜਿਹੜੀ ਇੱਕ ਇਹਦੀ ਆਊਟਲੁੱਕ ਜੀ ਦੇਖ ਰਿਹਾ ਮੈਂ, ਮੈਨੂੰ ਬਾਹਲਾ ਇਲਮ ਤਾਂ ਨਹੀਂ ਹੈ ਪਰ ਜਾਣੀ ਸੋਹਣੀ ਸੋਹਣੀ ਜੀ ਲੱਗ ਰਹੀ ਹੈ। ਅਤੇ ਬਾਕੀ ਸਟੋਰੀ ਬਾਰੇ ਮੈਂ ਹਜੇ ਕੁਛ ਬੋਲ ਨਹੀਂ ਸਕਦਾ ਕਿਉਂਕਿ ਹਜੇ ਪਤਾ ਨਹੀਂ ਕੁਛ ਕੀ ਹੋਣਾ, ਪਰ ਜਿੱਦਾਂ ਦਾ ਵੀ ਇੱਕ ਸਾਰੇ ਡਾਇਲੋਗ ਡਿਲੀਵਰੀ ਹੈ, ਜਿੱਦਾਂ ਦੇ ਸਾਰੇ ਸੀਨ ਦੇਖ ਰਿਹਾ ਮੈਂ, ਤਾਂ ਪੁਰਾਣਾ ਜਿਹਾ ਵੇਲਾ ਹੈ, ਉਹੀ ਉਦੋਂ ਦੇ ਵਿਆਹ ਜੇ ਦਿਖ ਰਹੇ ਵਿੱਚ, ਤੇ ਉਹੀ ਗੁੱਜਾ ਜਿਹਾ ਇਸ਼ਕ ਮੁਹੱਬਤ ਵੀ ਵਿੱਚ ਜਿਹੜਾ ਮਜ਼ਾ ਜੀ। ਫਿਲਮਾਂ ਘੱਟ ਕਿਉਂ ਵੇਖਦੇ ਨੇ? ਹੁਣ ਟਾਈਮ ਵੀ ਨਹੀਂ ਲੱਗਦਾ ਜੇ ਸੱਚ ਪੁੱਛੋ, ਤੇ ਬਾਕੀ ਹੁਣ ਥੋੜੇ ਬਹੁਤ ਰਸਤੇ ਵੀ ਕੁਛ ਹੋਰ ਹੈਗੇ ਜਿਹੜੇ ਆਪਣੇ ਕੰਮਾਂ ਕਾਰਾਂ 'ਚ ਲੰਘ ਜਾਂਦਾ ਟਾਈਮ, ਤੇ ਬਾਕੀ ਅੱਜ ਆਏ ਸੀ ਭਰਾ ਕਰਕੇ ਆਇਆ ਮੈਂ ਆਪਣੇ ਕਰਕੇ ਜੀ। ਅਤੇ ਤੁਹਾਡੀ ਕੋਈ ਰਿਲੀਜੀਅਸ ਐਲਬਮ ਜਿਹੜੀ ਜਲਦੀ ਜਿਹਦਾ ਅਸੀਂ ਕੋਈ ਇੰਤਜ਼ਾਰ ਕਰੀਏ, ਕੁਛ ਨਵਾਂ ਸੂਫੀਆਨਾ ਕੋਨਸੈਪਟ ਤੁਸੀਂ ਕੁਛ ਲੈ ਕੇ ਆ ਰਹੇ ਹੋ? ਅੱਜ ਮੇਰੀ ਹੁਣ ਰਾਤ ਦੀ ਫਲਾਈਟ ਆ ਇੰਗਲੈਂਡ ਦੀ, ਮੈਂ ਟੂਰ ਕਰਨ ਵਾਸਤੇ ਚੱਲਿਆ, ਤਾਂ ਪਰ ਮੈਂ ਬੋਲੀ ਕਹਿੰਦਾ ਸੀ ਕਹਿੰਦਾ ਜ਼ਰੂਰ ਆਈ, ਤਾਂ ਉੱਥੇ ਅਸੀਂ ਇੱਕ ਰਿਲੀਜ਼ ਕਰ ਟੀ ਸੀਰੀਜ਼ ਦੇ ਰਹੀ ਹੈ ਜੋਗੀ ਇੱਕ ਜੋਗੀ, ਤਾਂ ਹੋ ਸਕਦਾ ਤੁਹਾਨੂੰ ਪਸੰਦ ਆਵੇ ਇੱਕ ਜੋਗੀ ਪੂਰੇ ਦੀ ਵਾਹ ਵਰਗਾ ਜਿੰਦ ਕੱਢ ਕੇ ਕਲੇਜੇ ਵਿੱਚ ਲੈ ਚੱਲਿਆ। ਇੱਕ ਬਾਬਾ ਗੁਰੂ ਰਵਿਦਾਸ ਜੀ ਦਾ ਸ਼ਬਦ ਅਸੀਂ ਲੰਡਨ ਰਿਲੀਜ਼ ਕਰਾਂਗੇ ਪਰਸੋਂ 6 ਤਰੀਕ ਨੂੰ, ਤਾਂ ਇਹ ਆਉਣ ਵਾਲੇ ਪ੍ਰੋਜੈਕਟ ਹੈ ਜੀ। ਅੱਛਾ ਕਵਰ ਬਾਜੀ, ਅੱਜ ਕੱਲ੍ਹ ਫਿਲਮਾਂ ਦਾ ਦੌਰ ਬਹੁਤ ਚੱਲ ਰਿਹਾ ਹੈ, ਕਦੇ ਤੁਹਾਨੂੰ ਕੋਈ ਆਫਰ ਆਈ ਕਿ ਤੁਸੀਂ ਕੰਮ ਕਰੋ, ਤੁਹਾਡੇ ਲਾਇਕ ਕੋਈ ਤੁਹਾਡੇ ਵਰਗਾ ਕੋਈ ਕਿਰਦਾਰ ਸਾਡੇ ਕੋਲ ਹੈਗਾ? ਹਾਂ ਨਹੀਂ, ਸੱਜਣ ਮਿੱਤਰ ਸੁਨੇਹਾ ਤਾਂ ਦਿੰਦੇ ਆ ਵੀ ਕਰੀਏ ਫਿਲਮ, ਪਰ ਬਸ ਇਹ ਹੈ ਕਿ ਮੇਰੇ ਭਾਂਡੇ ਮੈਨੂੰ ਐਂ ਲੱਗਦਾ ਪਹਿਲਾਂ ਹੀ ਬਹੁਤ ਖਿਲ ਰਹੇ ਪਏ ਆ, ਤਾਂ ਬਸ ਮੈਂ ਖੁਸ਼ ਹਾਂ ਉਹਨੇ ਜੀ। ਨਵਾਂ ਦੌਰ ਇੰਡਸਟਰੀ ਦੇ ਨਾਲ, ਪਹਿਲਾਂ ਮਿਊਜ਼ਿਕ ਹੁੰਦਾ ਸੀ, ਹੁਣ ਇੱਕ ਫਿਲਮ ਇੰਡਸਟਰੀ ਸਾਡੇ ਕੋਲ ਵੱਡੀ ਡਿਵੈਲਪ ਹੋ ਗਈ, ਤੁਹਾਡਾ ਕੀ ਕਹਿਣਾ ਹੈ? ਨਹੀਂ ਬਹੁਤ ਅੱਛੀ ਗੱਲ ਹੈ, ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਅਤੇ ਪੰਜਾਬੀ ਭਾਸ਼ਾ ਵੀ ਮੇਰੀ ਮਾਂ ਵਰਗੀ ਹੋਈ ਹੈ, ਮੈਂ ਇਹਨੂੰ ਵੀ ਬਹੁਤ ਪਿਆਰ ਕਰਦਾ, ਔਰ ਜਦੋਂ ਇਹਦੀ ਕਿਤੇ ਬਾਹਰਲੇ ਮੁਲਕਾਂ ਜਾ ਕੇ ਚਰਚਾ ਸੁਣਦੇ ਹਾਂ, ਸੋਹਣੀਆਂ ਪੱਗਾਂ, ਸੋਹਣੇ ਪਹਿਰਾਵੇ, ਪੰਜਾਬੀ ਖਾਣਾ, ਪੰਜਾਬੀ ਗੱਲਾਂ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਚਾਹ ਤਾਂ ਚੜ੍ਹਦਾ ਹੀ ਹੈ ਕਿ ਪੰਜਾਬ ਤੋਂ ਬਾਹਰ ਵੀ ਨਿਕਲੇ ਹਾਂ ਅਸੀਂ, ਤਾਂ ਇਹ ਤਾਂ ਮੇਰੇ ਖਿਆਲ ਸਭ ਤੋਂ ਵੱਡਾ ਜ਼ਰੀਆ ਹੈ ਥੀਏਟਰ ਦਾ, ਇਹਦੇ ਨਾਲ ਜਿੱਥੋਂ ਤੱਕ ਗੱਲ ਪਹੁੰਚਾ ਸਕਦੇ ਹਾਂ, ਮੈਨੂੰ ਲੱਗਦਾ ਇਹੋ ਜਿਹਾ ਮਾਧਿਅਮ ਹੋਰ ਕੋਈ ਹੈ ਹੀ ਨਹੀਂ ਹੈ, ਸੋ ਇਸ ਕਰਕੇ ਚਾਹ ਤਾਂ ਬੜਾ ਇਹਦਾ, ਪਰ ਇਹ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਹਿੱਸੇ ਆਈ ਵੀ ਹੈ, ਅੱਜ ਵੀਰ ਮੇਰਾ ਗਗਨ ਕੋਕਰੀ ਹੈ ਅਤੇ ਆਪਣੇ ਹੰਸ ਭਾਜੀ ਦਾ ਬੇਟਾ ਹੈ ਅਤੇ ਆਪਣਾ ਬੋਲੀ ਰਘਵੀਰ, ਸਾਰਿਆਂ ਨੂੰ ਭਰਾਵਾਂ ਨੂੰ ਦੇਖ ਕੇ ਚਾਹ ਚੜ੍ਹਦਾ ਕਿ ਚੰਗਾ ਕੰਮ ਕਰ ਰਹੇ ਹਾਂ। ਬਾਕੀ ਇਹ ਸਾਰਥਕ ਫਿਲਮ ਹੈ, ਮੈਂ ਇੱਕ ਲਫ਼ਜ਼ ਜ਼ਰੂਰ ਬੋਲੂੰਗਾ ਕਿ ਇਹਦੇ 'ਚ ਕਾਮੇਡੀ ਵੀ ਹੈ, ਰੋਮਾਂਸ ਵੀ ਹੈ, ਅਤੇ ਪਰ ਇਹ ਸਾਰਥਕ ਫਿਲਮ ਹੈ। ਇਹ ਜੇ ਮੈਂ ਅੱਜ ਮੇਰੀ ਮਾਂ ਨੂੰ ਵੀ ਨਾਲ ਲਿਆਉਂਦਾ ਜਾਂ ਭੈਣ ਨੂੰ ਵੀ ਲਿਆਉਂਦਾ, ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇੱਥੋਂ ਉੱਠ ਕੇ ਜਾਣਾ ਪੈਂਦਾ, ਇਹੋ ਜਿਹੀ ਫਿਲਮ ਹੈ। ਤੁਸੀਂ ਕੋਈ ਫਿਊਚਰ ਪਲਾਨ ਕੋਈ ਇੱਦਾਂ ਦਾ ਸੋਚਿਆ ਕਿ ਯਾਰ ਮੈਂ ਵੀ ਕੁਛ ਇੱਦਾਂ ਦਾ ਕਰੂੰਗਾ ਜਦੋਂ ਸਮਾਂ ਲੱਗਿਆ ਜਾਂ ਬਾਬੇ ਦੀ ਮਿਹਰ ਹੋਈ ਅਤੇ ਮੈਂ ਕੁਛ ਇੱਦਾਂ ਦੀ ਕੁਛ ਫਿਲਮ ਜਾਂ ਕੋਈ ਇੱਦਾਂ ਦਾ ਸੰਦੇਸ਼ ਵਰਗੀ ਚੀਜ਼ ਕੋਈ ਬਣਾਉਣਾ ਚਾਹੂੰਗਾ? ਸੱਜਣਾ ਮੇਰਾ ਨਾ ਹਿਸਾਬ ਕਿਤਾਬ ਜਾਏ ਹੈ, ਮੇਰਾ ਫਿਊਚਰ ਨਹੀਂ ਹੈ, ਮੇਰਾ ਪ੍ਰੈਜੈਂਟ ਹੀ ਹੈ, ਬਸ ਅੱਜ ਮੈਂ ਖੁਸ਼ ਹੈ, ਫਿਲਮ ਦੇਖ ਕੇ ਵੀ ਖੁਸ਼ ਹੈ, ਆਉਣ ਇੰਗਲੈਂਡ ਚੱਲੇ ਹਾਂ, ਬਸ ਮੈਂ ਇਸ ਚਾਹ 'ਚ ਹੀ ਹਾਂ, ਬਸ ਆਉਣ ਵਾਲੇ ਸਮੇਂ 'ਚ ਹੁਣ ਪਤਾ ਨਹੀਂ ਕੀ ਹੋਣਾ, ਪਰ ਇਹ ਕਿ ਅਰਦਾਸ ਹਮੇਸ਼ਾ ਰਹਿੰਦੀ ਹੈ ਕਿ ਬਸ ਕਿ ਚੰਗਾ ਚੰਗਾ ਹੋਵੇ ਸਭ ਜੀ। ਸਾਡੀ ਇੰਡਸਟਰੀ, ਸਾਡੇ ਕੋਲ ਇੱਕ ਵੱਡੀ ਇੰਡਸਟਰੀ ਹੁਣ ਪੰਜਾਬੀ ਫਿਲਮ ਇੰਡਸਟਰੀ ਆ ਗਈ ਆ, ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਸਾਡੀਆਂ ਇੰਡਸਟਰੀਆਂ ਨਾ ਤਾਂ ਮਿਊਜ਼ਿਕ ਇੰਡਸਟਰੀ ਕੋਈ ਬਹੁਤ ਹੀ ਵੱਡੀ ਸੀ ਨਾ ਫਿਲਮ ਇੰਡਸਟਰੀ, ਹੁਣ ਦੋ ਇੰਡਸਟਰੀਆਂ ਵੱਡੀਆਂ ਬਹੁਤ ਹੋ ਗਈਆਂ, ਆਰਟਿਸਟਾਂ ਦੇ ਫਿਊਚਰ ਬਾਰੇ ਕੀ ਕਹਿਣਾ ਚਾਹੋਗੇ, ਕਿਵੇਂ ਦੇਖਦੇ ਹੋ ਜੋ ਗਾਉਣਾ ਚਾਹੁੰਦਾ ਜਾਂ ਐਕਟਿੰਗ ਕਰਨਾ ਚਾਹੁੰਦਾ, ਉਹਨਾਂ ਨੂੰ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ? ਦੇਖੋ ਇਹ ਮੇਰੇ ਖਿਆਲ 'ਚ ਇੱਕ ਸਬ ਟੈਕਸਟ ਹੈ, ਜੇ ਮੈਂ ਟੈਕਸ ਦੀ ਗੱਲ ਕਰਾਂ, ਪੂਰੇ ਫਲਸਫੇ ਦੀ ਗੱਲ ਕਰਾਂ, ਤਾਂ ਫਿਰ ਤਾਂ ਆ ਹੈ ਜੀ, ਬਿਲਕੁਲ ਇਹ ਹੈ ਜਿਹਦਾ ਜਿੱਥੇ ਮਾਲਕ ਨੇ ਫਾਈਲ ਦੇ ਜਿਹੜੇ ਪੰਨੇ 'ਤੇ ਜੋ ਲਿਖਿਆ ਹੋਇਆ, ਮੈਨੂੰ ਲੱਗਦਾ ਵੀ ਉਹਦੀ ਵੇਟ ਕੀਤੀ ਜਾਵੇ, ਉਹ ਆਪਣੇ ਆਪ ਆ ਰਿਹਾ ਕੋਲ, ਠੀਕ ਹੈ। ਮਿਹਨਤ ਕਰਨੀ ਨਹੀਂ ਛੱਡਣੀ ਚਾਹੀਦੀ, ਜਿਹੜੇ ਵੀ ਫੀਲਡ 'ਚ ਹੈ ਕੋਈ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ, ਸਿੱਖ ਕੇ ਆਪਣੇ ਫੀਲਡ 'ਚ ਆਉਣਾ ਚਾਹੀਦਾ, ਬਸ ਇਹ ਹੈ ਕਿ ਸਮਾਂ ਮਾਲਕ ਲਿਆਉਂਦਾ, ਪਰ ਜਦੋਂ ਮਾਲਕ ਲੈ ਕੇ ਆਵੇ ਫਿਰ ਉਦੋਂ ਤੁਹਾਡੀ ਆਪਣੇ ਕੰਮ ਕਰਕੇ ਨੀਵੀਂ ਨਾ ਪਵੇ। ਬਸ ਕਿਸਮਤ ਅਤੇ ਮਿਹਨਤ ਦੇ ਵਿੱਚ ਕਮਲ ਗਰੇਵਾਲ ਕੀ ਫਰਕ ਸਮਝਦੇ ਨੇ? ਦੇਖੋ ਕਿਸਮਤ ਉਹਦੀ ਹੈ ਅਤੇ ਮਿਹਨਤ ਮੇਰੀ ਹੈ, ਤਾਂ ਦੋਨੇ ਜਦੋਂ ਰਲ ਜਾਂਦੀਆਂ ਤਾਂ ਫਿਰ ਬਾਬਾ ਕੋਈ ਕਮਲ ਗਰੇਵਾਲ ਬਣ ਜਾਂਦਾ, ਕੋਈ ਦਿਲਜੀਤ ਦੋਸਾਂਝ ਬਣ ਜਾਂਦਾ, ਕੋਈ ਸਤਿੰਦਰ ਸਰਤਾਜ ਬਣ ਜਾਂਦਾ, ਤਾਂ ਉਹ ਵੱਖੋ ਵੱਖਰੇ ਆਪਣੇ ਆਪਣੇ ਮੁਕਾਮ 'ਤੇ ਪਹੁੰਚਦੇ ਆ ਸਭ। ਆਖਰੀ ਸਵਾਲ, ਤੁਹਾਡੇ ਕੋਲ ਅੱਜ ਇੱਕ ਬਹੁਤ ਵੱਡਾ ਅਹੁਦਾ ਹੈ, ਬਹੁਤ ਵੱਡਾ ਇੱਜ਼ਤ ਮਾਨ ਸੰਗੀਤ ਦੀ ਦੁਨੀਆ 'ਚ ਤੁਹਾਨੂੰ ਮਿਲਦਾ, ਇਹ ਤੁਸੀਂ ਸੁਪਨਿਆਂ 'ਚ ਕਦੇ ਸੋਚਿਆ ਸੀ ਕਿ ਯਾਰ ਮੈਂ ਇੱਦਾਂ ਦਾ ਮਿਲੂਗਾ ਜਾਂ ਮੈਂ ਕਰੂੰਗਾ? ਨਹੀਂ ਨਹੀਂ ਸੱਜਣਾ, ਮੈਂ ਨਾ 6ਵੀਂ ਕਲਾਸ ਤੋਂ ਸਿੱਖਣ ਲੱਗਿਆ ਸੀ, ਪਰ ਸੌਂ ਖਾ ਕੇ ਕਹਿੰਦਾ ਮੈਂ ਕਦੇ ਮਸ਼ਹੂਰ ਹੋਣ ਵਾਸਤੇ ਨਹੀਂ ਸਿੱਖਿਆ ਸੀ, ਮੈਂ ਤਾਂ ਆਪਦੇ ਸਕੂਨ ਵਾਸਤੇ ਸਿੱਖਿਆ ਸੀ, ਅਤੇ ਯੂਨੀਵਰਸਿਟੀਆਂ ਤੱਕ ਇੱਦਾਂ ਹੀ ਬੜੇ ਚਾਨ ਲਗਾਉਂਦੇ ਰਹੇ, ਅਤੇ ਮੈਂ ਤਾਂ ਉੱਥੋਂ ਨੌਕਰੀ ਛੱਡ ਕੇ ਵੀ ਜਾ ਕੇ ਬੇਬੇ ਕੋਲ ਕੁਟੀਆ 'ਚ ਰਹਿਣ ਲੱਗ ਗਿਆ ਸੀ, ਪਰ ਇਹ ਉਹੀ ਗੱਲ ਮੇਰੀ ਫਾਈਲ 'ਚ ਲਿਖਿਆ ਹੋਇਆ ਸੀ ਮਾਲਕ ਵੱਲੋਂ, ਤਾਂ ਬਸ ਆਇਆ ਤਾਂ ਆਪਾਂ ਤਾਂ ਦੋਵੇਂ ਹੱਥ ਜੋੜ ਕੇ ਉਹਦਾ ਸ਼ੁਕਰ ਕਰਕੇ ਇਹਨੂੰ ਕਬੂਲਿਆ, ਅਤੇ ਹੁਣ ਬਸ ਆਪਣੀ ਮਿਹਨਤ ਕਰ ਰਹੇ ਹਾਂ ਕਿ ਸੋਹਣੇ ਗੀਤ ਗਾਈਏ, ਅਤੇ ਮੇਰੇ ਮੁਖਾਰਬਨ 'ਚੋਂ ਨਿਕਲਿਆ ਕੋਈ ਵੀ ਲਫ਼ਜ਼ ਪੰਜਾਬ ਦੇ ਚੁੱਲ੍ਹੇ 'ਤੇ ਕੋਈ ਚੰਗੇ ਸੁਨੇਹੇ ਤੋਂ ਬਿਨਾਂ ਕੋਈ ਹੋਰ ਸੁਨੇਹਾ ਨਾ ਲੈ ਕੇ ਜਾਵੇ, ਬਸ